ਬਟਾਲਾ ਦੇ ਮੁਹੱਲਾ ਗਾਂਧੀ ਕੈਂਪ ਵਿੱਚ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਗਾਂਧੀ ਕੈਂਪ ਦੇ ਨਿਵਾਸੀ ਅਤੇ ਸੰਤ ਨਿਰੰਕਾਰੀ ਸਾਸੰਗ ਭਵਨ ਦੇ ਪੈਰੋਕਾਰ ਸਰਕਾਰੀ ਡਿਸਪੈਂਸਰੀ ਦੀ ਨਵੀਂ ਬਣ ਰਹੀ ਇਮਾਰਤ ਨੂੰ ਲੈ ਕੇ ਆਹਮੋ ਸਾਹਮਣੇ ਹੋ ਗਏ। ਮਾਮਲਾ ਇਹ ਸੀ ਕਿ ਸਰਕਾਰੀ ਡਿਸਪੈਂਸਰੀ ਦੀ ਨਵੀਂ ਬਣ ਰਹੀ ਇਮਾਰਤ ਦੀ ਨੀਂਹ ਦਾ ਪਿੱਲਰ ਨਿਰੰਕਾਰੀ ਸਾਸੰਗ ਭਵਨ ਦੇ ਗੇਟ ਦੇ ਸਾਹਮਣੇ ਆ ਗਿਆ, ਜਿਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਗਾਂਧੀ ਕੈਂਪ ਦੇ ਲੋਕਾਂ ਦਾ ਅਤੇ ਮੈਡੀਕਲ ਅਫਸਰਾਂ ਨੇ ਦੱਸਿਆ ਕਿ ਇਸ ਸਾਸੰਗ ਭਵਨ ਦਾ ਗੇਟ ਨਜਾਇਜ਼ ਤੌਰ ਤੇ ਸਰਕਾਰੀ ਡਿਸਪੈਂਸਰੀ ਦੀ ਜਗ੍ਹਾ ਉੱਤੇ ਕੱਢਿਆ ਹੈ ਅਤੇ ਜਦੋਂ ਗੇਟ ਕੱਢਿਆ ਜਾ ਰਿਹਾ ਸੀ ਉਸ ਸਮੇਂ ਇਸ ਨੂੰ ਰੋਕਿਆ ਗਿਆ ਸੀ। ਉਸ ਵੇਲੇ ਸਤਸੰਗ ਭਵਨ ਦੇ ਪੈਰੋਕਾਰ ਨੇ ਇਹ ਕਿਹਾ ਸੀ ਕਿ ਸਤਸੰਗ ਭਵਨ ਆਉਣ ਵਾਲੀ ਸੰਗਤ ਲਈ ਰਾਹ ਸੌਖਾ ਹੋ ਜਾਵੇਗਾ, ਬਾਕੀ ਜਦੋਂ ਡਿਸਪੈਂਸਰੀ ਦੀ ਇਮਾਰਤ ਬਣਾਈ ਜਾਵੇਗੀ ਉਸੇ ਵੇਲੇ ਗੇਟ ਪਿੱਛੇ ਕਰ ਲਿਆ ਜਾਵੇਗਾ। ਪਰ ਅੱਜ ਜਦੋਂ ਗਾਂਧੀ ਕੈਂਪ ਦੇ ਲੋਕਾਂ ਦੀ ਸਿਹਤ ਸਹੂਲਤਾਂ ਲਈ ਸਰਕਾਰ ਡਿਸਪੈਂਸਰੀ ਦੀ ਨਵੀਂ ਇਮਾਰਤ ਬਣਾ ਰਹੀ ਸੀ ਤਾਂ ਸਤਸੰਗ ਭਵਨ ਵਾਲਿਆਂ ਨੇ ਇਮਾਰਤ ਦੀ ਨੀਂਹ ਦਾ ਪਿੱਲਰ ਜਾਣ ਬੁੱਝ ਕੇ ਗਿਰਾ ਦਿੱਤਾ, ਜਦਕਿ ਇਹ ਜਗ੍ਹਾ ਸਰਕਾਰੀ ਹੈ। ਇਸ ਲਈ ਸਰਕਾਰੀ ਉਸਾਰੀ ਵਿੱਚ ਵਿਘਨ ਪਾਉਣ ਲਈ ਸਤਸੰਗ ਭਵਨ ਦੇ ਪੈਰੋਕਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉੱਧਰ ਦੂਜੇ ਪਾਸੇ ਨਿਰੰਕਾਰੀ ਸਤਸੰਗ ਭਵਨ ਦੇ ਆਗੂ ਲਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਡਿਸਪੈਂਸਰੀ ਦੀ ਨਵੀਂ ਬਣ ਰਹੀ ਇਮਾਰਤ ਦਾ ਪਿੱਲਰ ਅਸੀਂ ਨਹੀਂ ਗਿਰਾਇਆ ਅਤੇ ਸਤਸੰਗ ਭਵਨ ਦਾ ਗੇਟ 2003 ਦਾ ਇਸੇ ਜਗ੍ਹਾ ਉੱਤੇ ਲੱਗਿਆ ਹੋਇਆ ਹੈ ਅਤੇ ਜਦੋਂ ਇਮਾਰਤ ਬਣਾਉਣ ਲੱਗੇ ਸੀ ਤਾਂ ਉਸ ਸਮੇਂ MLA ਦੇ ਨਾਲ ਗੱਲਬਾਤ ਹੋਈ ਸੀ ਅਤੇ ਇਹ ਫੈਸਲਾ ਹੋਇਆ ਸੀ ਕਿ ਇਮਾਰਤ ਦੀ ਨੀਂਹ ਗੇਟ 4 ਫੁੱਟ ਪਿੱਛੇ ਰੱਖੀ ਜਾਵੇਗੀ। ਪਰ ਹੁਣ ਜਦ ਇਮਾਰਤ ਬਣਾਉਣ ਲੱਗੇ ਤਾਂ ਇਹਨਾਂ ਨੇ ਗੇਟ ਤੋਂ 7.5 ਫੁੱਟ ਤੱਕ ਨੀਂਹ ਪੁੱਟ ਕੇ ਗੇਟ ਦਾ ਰਸਤਾ ਹੀ ਬੰਦ ਕਰ ਦਿੱਤਾ। ਇਸ ਲਈ ਇਸ ਵਿਵਾਦ ਨੂੰ ਲੈ ਕੇ ਇਨਸਾਫ ਹੋਣਾ ਚਾਹੀਦਾ ਹੈ। ਮੈਂ ਇੱਥੇ ਬਤੌਰ ਮੈਡੀਕਲ ਆਫਿਸਰ ਹੈਗੀ ਹਾਂ। ਬੇਸਿਕਲੀ ਸਾਡਾ ਕੰਸਟਰਕਸ਼ਨ ਦਾ ਥੋੜ੍ਹਾ ਇਸ਼ੂ ਆ ਰਿਹਾ ਹੈ ਕਿ ਸਾਹਮਣੇ ਜਿਹੜਾ ਗੇਟ ਨਿਕਲਿਆ ਹੋਇਆ ਉਹਦੇ ਕਰਕੇ ਸਾਨੂੰ ਕੰਸਟਰਕਸ਼ਨ ਤੋਂ ਰੋਕ ਰਹੇ ਨੇ। ਗੇਟ ਜਿਹੜਾ ਨਜਾਇਜ਼ ਕੱਢਿਆ ਹੋਇਆ ਬੜੇ ਸਾਲ ਪਹਿਲਾਂ, ਉਹਦੇ ਲਈ ਅਸੀਂ ਦਰਖਾਸਤ ਵੀ ਦਿੱਤੀ ਹੋਈ ਸੀ। ਠੀਕ ਹੈ, ਹੁਣ ਪ੍ਰੋਬਲਮ ਇਹ ਆ ਰਹੀ ਹੈ ਕਿ ਕੰਟਰੈਕਟਰ ਜਿਹੜੇ ਨੇ ਉਹ ਬਣਾ ਰਹੇ ਨੇ ਅਤੇ ਅੱਗੋਂ ਮਤਲਬ ਬਣਨ ਨਹੀਂ ਦੇ ਰਹੇ ਡਿਸਪੈਂਸਰੀ ਨੂੰ, ਉਸ ਕਰਕੇ ਇਸ਼ੂ ਕ੍ਰੀਏਟ ਹੋ ਰਿਹਾ ਹੈ। ਅਤੇ ਜਨਤਾ ਤਾਂ ਇਹੀ ਚਾਹੁੰਦੀ ਹੈ ਕਿ ਐਟਲੀਸਟ ਪਬਲਿਕ ਹੈਲਥ ਜਿਹੜਾ ਹੈ ਉਹ ਪੂਰਾ ਚੰਗੀ ਤਰ੍ਹਾਂ ਬਣੇ। ਮੈਡਮ ਇਹ ਹੈਗਾ ਸੀਗਾ ਗੇਟ ਉੱਤੇ ਪਹਿਲਾਂ? ਨਹੀਂ, ਪਹਿਲਾਂ ਨਹੀਂ ਸੀ ਜੀ। ਫਿਰ ਜੇ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ ਨਾ? ਹਾਂਜੀ, ਪਹਿਲਾਂ ਗੇਟ ਨਹੀਂ ਸੀਗਾ ਇਹ, ਮੇਰੇ ਅਕੋਰਡਿੰਗ 4-5 ਸਾਲ ਪਹਿਲਾਂ ਹੀ ਇਹਨਾਂ ਨੇ ਕਢਾਇਆ। ਜਦੋਂ ਕੱਢਿਆ ਸੀ ਉਦੋਂ ਇਹਨਾਂ ਨੇ ਇਹ ਰਿਕੁਐਸਟ ਕੀਤੀ ਸੀਗੀ ਕਿ ਅਸੀਂ ਮਤਲਬ ਆਪਣੇ ਸਿਰਫ ਆਮ ਸੰਗਤਾਂ ਨੂੰ ਲੰਘਾਉਣ ਵਾਸਤੇ ਜਾਂ ਉਹਦਾ ਵਰਤਾਂਗੇ, ਬਾਕੀ ਜਦੋਂ ਤੁਹਾਨੂੰ ਲੋੜ ਹੈਗੀ ਅਸੀਂ ਕੋਈ ਮਤਲਬ ਵਿੱਚ ਵਿਘਨ ਨਹੀਂ ਪਾਉਂਦੇ। ਇਹ ਜੀ ਹੁਣ ਉਹੀ ਜਾਣਨ, ਉਹ ਤੁਹਾਡੇ ਨਾਲ ਗੱਲ ਕਰਨ ਦੇ ਤੁਹਾਨੂੰ ਇਹਨਾਂ ਨੇ ਜਦੋਂ ਗੇਟ ਨਿਕਲਵਾਇਆ ਸੀ ਉਹ ਇਹੀ ਰੀਜ਼ਨ ਸੀਗਾ ਕਿ ਆਮ ਸੰਗਤ ਜਦੋਂ ਆਉਂਦੀ ਹੈ ਹਰ ਐਤਵਾਰ ਦੇ ਐਤਵਾਰ ਅਸੀਂ ਮਤਲਬ ਸੰਗਤ ਲੰਘਾਉਣ ਵਾਸਤੇ ਤੁਹਾਨੂੰ ਤੰਗ ਨਹੀਂ ਕਰਾਂਗੇ। ਹਰ ਐਤਵਾਰ ਦੇ ਐਤਵਾਰ ਇੱਥੇ ਜਦੋਂ ਵੀ ਮੇਲਾ ਲੱਗਦਾ ਜਾਂ ਸਤਸੰਗ ਭਵਨ 'ਚ ਹੈ ਨਾ ਸਤਸੰਗ ਹੁੰਦਾ, ਉਸ ਚੀਜ਼ ਲਈ ਅਸੀਂ ਗੇਟ ਅਸੀਂ ਰਿਟਰਨ ਉਦੋਂ ਨਜਾਇਜ਼ ਗੇਟ ਦੀ ਦਿੱਤੀ ਸੀ। ਅਸੀਂ ਇਹੀ ਚਾਹੁੰਦੇ ਹਾਂ ਕਿ ਇਹ ਮਤਲਬ ਸਾਨੂੰ ਕੱਢਣ ਦੇਣ, ਜੋ ਡਿਸਪੈਂਸਰੀ ਦਾ ਬਣਦੀ ਜਗ੍ਹਾ ਹੈ ਐਟਲੀਸਟ ਉੱਥੇ ਡਿਸਪੈਂਸਰੀ ਬਣੇ ਤਾਂ ਕਿ ਆਮ ਲੋਕਾਂ ਨੂੰ ਜਨਤਾ ਨੂੰ ਵੀ ਸਹੂਲਤ ਮਿਲਦੀ ਰਹੇ। ਜੋ ਨਕਸ਼ੇ ਵਿੱਚ ਪਾਸ ਹੋਇਆ ਉਹਦੇ ਅਕੋਰਡਿੰਗ ਨਹੀਂ ਬਣੀ? ਨਹੀਂ, ਇਹ 27 ਫੁੱਟ ਦੇ ਕਹਿ ਰਹੇ ਤਾਂ 27 ਫੁੱਟ ਤੱਕ ਹੀ ਦੇਵਾਂਗੇ, ਬਟ ਹੈ 33 ਫੁੱਟ ਤੱਕ ਹੈ, 32 ਫੁੱਟ 9 ਇੰਚ ਜਗ੍ਹਾ। ਐਸੇ ਸਾਰਾ ਮੈਟਰ ਹੈਗਾ ਜੀ, ਇਹ ਗਾਂਧੀ ਕੈਂਪ 'ਚ ਡਿਸਪੈਂਸਰੀ ਬਣ ਜਾ ਰਹੀ ਹੈ ਔਰ ਜਿਹੜਾ ਨਿਰੰਕਾਰ ਮਿਸ਼ਨ ਵੱਲੋਂ ਗੇਟ ਕੱਢਿਆ ਗਿਆ। ਇਹ ਮੇਰੀ ਉਮਰ 35 ਹੋ ਗਈ, 35 ਸਾਲ, ਅੱਜ ਤੱਕ ਇੱਥੇ ਮੈਂ ਗੇਟ ਨਹੀਂ ਵੇਖਿਆ। ਜੇ ਗੇਟ ਨਿਕਲ ਗਿਆ ਚਲੋ ਅਸੀਂ ਵੀ ਨਿਰੰਕਾਰ ਮਿਸ਼ਨ ਦਾ ਸਤਿਕਾਰ ਕਰਦੇ ਹਾਂ, ਪਰਮਾਤਮਾ ਦਾ ਮਿਸ਼ਨ ਹੈ, ਅਸੀਂ ਇਸ ਚੀਜ਼ ਦੇ ਖਿਲਾਫ਼ ਨਹੀਂ ਜਾਂਦੇ। ਉਸ ਤੋਂ ਬਾਅਦ ਦੇਖੋ ਜੀ, ਜਿਹੜੀ ਮੇਨ ਗੱਲ ਹੈ ਇਹ ਪਿੱਲਰ ਇੱਥੇ 30 ਫੁੱਟ ਦੀ ਪੂਰੀ ਮਨਜ਼ੂਰੀ ਹੋ ਗਈ ਹੈ, ਨਕਸ਼ੇ ਵਿੱਚ ਪਾਸ ਹੋ ਗਿਆ, ਇੱਥੇ ਜਿਹੜੇ ਬਣਾਉਂਦੇ ਬਣਾ ਠੇਕੇਦਾਰ ਉਹਨਾਂ ਨੂੰ ਸਾਰਾ ਪਤਾ ਕਿ 30 ਫੁੱਟ ਪਾਸ ਹੋ ਗਿਆ। ਉਸ ਤੋਂ ਬਾਅਦ ਇਹਨਾਂ ਦੇ ਰਾਤੀ ਫਿਰ ਪਿੱਲਰ ਜਿਹੜਾ ਚੁੱਕ ਗਿਆ ਭੁੰਜੇ ਸੁੱਟਤਾ, ਨਿਰੰਕਾਰ ਮਿਸ਼ਨ ਵੱਲੋਂ ਪਿੱਲਰ ਭੁੰਜੇ ਸੁੱਟਿਆ ਗਿਆ, ਪਾਪਾ ਇੱਥੇ ਨਹੀਂ ਪੈਂਦਾ। ਜਦਕਿ ਨਿਰੰਕਾਰੀ ਮਿਸ਼ਨ ਵਾਲੇ ਪਹਿਲਾਂ ਸਾਡੇ ਨਾਲ ਸਹਿਮਤੀ ਜਗਾਲੀ ਸੀ, ਪਰ ਕੋਈ ਨਹੀਂ ਆਪਾਂ ਇੱਕ ਗੇਟ ਬੰਦ ਕਰ ਲੈਂਦੇ, ਇੱਕ ਗੇਟ ਜਿਹੜਾ ਉੱਥੇ ਤੁਸੀਂ ਪਿੱਲਰ ਕੱਢ ਲਓ, MLA ਸੈਰੀਕਲਸੀ ਸਾਹਿਬ ਨੇ ਕਹਿ ਦਿੱਤਾ ਸੀ। ਤੇ ਉਸ ਤੋਂ ਬਾਅਦ ਹੁਣ ਅੱਜ ਰਾਤ ਨੂੰ ਜਦੋਂ ਪਿੱਲਰ ਸੁੱਟਿਆ ਗਿਆ ਤੇ ਸਾਡੇ ਜਿਲ੍ਹਾ 'ਚ ਡਾਕਾ ਪਿਆ। ਡਿਸਪੈਂਸਰੀ ਕਿਹਨਾਂ ਵੱਲੋਂ ਬਣਦੇ ਆ ਰਹੀ ਹੈ? ਇਹ ਸਰਕਾਰੀ ਡਿਸਪੈਂਸਰੀ ਗਾਂਧੀ ਕੈਂਪ ਵੱਲੋਂ, ਸਰਕਾਰ ਵੱਲੋਂ ਬਣ ਜਾ ਰਹੀ ਹੈ ਜੀ। ਹਾਂਜੀ, ਤੇ ਇਹ ਜਿਹੜਾ ਗੇਟ ਹੈ ਬਿਲਕੁਲ ਨਹੀਂ ਹੈਗਾ, ਪੁਰਾਣਾ ਨਕਸ਼ਾ ਪਟਵਾਰੀ ਗੁਰਦੋਲ ਤੋਂ ਕਢਾਓ,
पंचायत मंत्री धालीवाल में पुछना भी अज कितने हो मंदिर में 50 लाख रुपया आया तीन चौं खोखियां करके 50 लाख रुपया नहीं भाजी लगता पाया क्यों नहीं लगता पाया साढ़िया धियां भैनों का उत्तर ब्याह हो सकता 1500 रुपये 1500 रुपये से 500 अही 40-40 हज़ार रुपया पैल संघ कर 50 लाख रुपया तीन चौं खोखियां करके रुकेगा ये डिस्पेंसरी की गल की जाए डिस्पेंसरी में गेट जरा धक्के ना कड़ा गया गेट है बिल्कुल नहीं है जो होएगा तो मैं मूँह कला करके पूरे पंजाब की फिरंगा रजामंदी गेट कटा गया जी रजामंदी कौंसलर इधर उधर फिरन वाले पहला भला जरा एस एम ओनू भी यह गल सुना कलों में पा भी तू कि गेट कड़ा है जबकि गेट इतने है ही नहीं साड़ी पॉपुलेशन हैगी है 20,000 की आबादी सानू फायदा हो सकता डिस्पेंसरी जिनी वड्डी बनेगी डेंगू ने है जिन्ना साडे परिवार मैंबर मर गए जे डिस्पेंसरी दह बैठे की होंगी तो एड्डी वड्डी आबादी आप इतने ना इलाज करा लेंगे थोड़ा पता कुछ जी बच भी सकते सी किन्ना क जरा दिलों के उठे डाका बजेगा मैं एक बार फिर प्रशासन सीएम भगवंत मान को पंचायत मंत्री कहवागा आ तीन चार खोखे मंत्री चुकाए जान 50,000 लाख लगे एक डिस्पेंसरी जो गेट है चलो एक गेट रहन दें क्योंकि परमात्मा का मिशन परमात्मा का सत्कार कर रहा है एक गेट है ना सहमति ने कहा आप बंद कर लेने तो अज क्यों रात का पिलर सुटता गेट जी हाँ जी गेट कटन का कोई कारण नहीं है कारण है एम सी रले दिन है उन्हें कढ़ाए थी नाल लग गए गेट नहीं गेट निकलना बाई चांस जे गेट ना बंद हों कोई कार्रवाई ना होंगी अगले रणनीति की है अगला फिर चक्का जाम करा जी सड़क से पूरी गांधी कैंप नाल होगी जे ना चक्का जाम होगा तो साडा नाम हटाओ किन्ना क्या साड़ी दिलों के डाका बचा अभी गरीबवादी है साड़ी बहुत ज्यादा माड़ी हालात है आप चाहते जी गेट जरा डिस्पेंसरी जिनी मंजूर हो नक्शे से 30 फुट हो जाए शहरी कल सामने कराई है इन्ना अंकारी मिशन वाले भी हाँ सहमत ही पापा एक गेट बंद कर लेना तो रात का जो गेट इन्हें पिलर सुटिया इस समय गांधी नगर भवन जिते साढ़े नवे भवन की उसारी शुरू हुई है ये लेंटर पैन वाला है उत्थे बैठे हुए हैं होर भी नेक संत महापुरश अंकारी मिशन इतने मौजूद हैं और इस भवन के बिल्कुल राइट साइड पर एक सरकार वालों डिस्पेंसरी की सारी की जा रही है बहुत खुशी है मिशन भी कि जिस तरह मिशन भी एक इंसान वाली सेवा कर रहा है ये डिस्पेंसरी भी एक इंसान के भले वास्ते है बड़ी खुशी है पर साडा एक गेट जो भवन का सी वो डिस्पेंसरी के बिल्कुल नाल पहला बनया हुआ है और नाल ही पक्की सड़क भी मेन रोड में मिलती है साढ़े एम एल ए साहब नाल एक दिन मीटिंग हुई उन्होंने कहा कि असी थोड़ी जी डिस्पेंसरी वड्डी करनी है तो कमिटमेंट यह हुई कि 4 फुट का तुसी गेट अगे बने शिफ्ट कर लो तो असी सारे ही जो प्रबंधक महात्मा सन सारे मिल बैठ के ये विचार चंदा किया कि वह भी एक भले की गल है जे कि डिस्पेंसरी वड्डी हो जाएगी तो इंसानों सारे सुख मिलने इस इलाके सुख मिलने परंतु नाल ही असी एक बेनती की उस समय कि जरा गेट की उसारी अगे करनी है वह भी जोड़ा रोड पहला पक्का बनया हुआ है बजरी पा के वह भी दोबारा वो महकमा ही तैयार करके दे सू गेट भी तो रोड भी जो डिस्पेंसरी के नाल लगता है ता कि साडा रोड मेन रोड नाल मिले रहे फिर उत्थे एम एल ए साहब ने यह सू यकीन दवाया कि ये गेट भी महकमा अपने खर्चे अगे शिफ्ट करके देगा तू तो रोड भी बना के देगा एक कमिटमेंट हुई कि 4 फुट जगह असी मिशन ने देनी है भाव के 4 फुट गेट में अगे शिफ्ट करना है पर जो कंस्ट्रक्शन का आरंभ होया वो कंस्ट्रक्शन करने वाले इसनों 7.5 फुट ते लै गए डिस्पेंसरी की कंस्ट्रक्शन जी 7.5 फुट गेट में अगे करने की कोशिश की गई है असी तो यही बेनती करते हाँ कि जी सा कमिटमेंट है असी अज भी उस कमिटमेंट के नाल सहमत हाँ असी 4 फुट जगह देने तैयार हाँ कि डिस्पेंसरी वड्डी होवे ते नाल ही क्योंकि जेकर ये गेट होर अगे जाता है साड़ी कंस्ट्रक्शन अपनी चल रही है साड़ियाँ जो पौड़ियाँ हैं भवन दियाँ वो बिल्कुल गेट के सेंटर चाह जांदियां हैं फिर वो गेट खोल ही नहीं सकता है इस करके अं तो यही बेनती कर रहे हैं कि डिस्पेंसरी वड्डी होवे कंस्ट्रक्शन वो चालू रहे पर कृपा करके वो जी 4 फुट की जगह उ ले जाए अगे ना वधन की कोशिश की जाए ता कि यह भवन का गेट बंद ना होवे भवन की सड़क ना बंद होए 2003 साल की रजिस्ट्री में भी गेट दर्ज है जिते पिलर कोई कढ़िया ही नहीं गया वो एक ढांचा खड़ा कर रहे सन जो सू पता लगा तो उन्होंने एक रस्सी जी गेट में बद्धी हुई सी वो रस्सी खिसकी तो अपने आप क्योंकि बजी थले नहीं पाई इटा कोई नहीं लाइया सिर्फ पैर खड़े किए कोई सीमेंट नहीं पाया बजी कोई जो रस्सी कि ढिली हुई है तो वो पिछे डिगा रिपोर्ट दिव्या पंजाब टीवी बटाला।